एम बी विर्क की नवी फिल्म आई है आया मैक्सीको चलीए। पंजाब विच एक कल्चर हैगा हर एक बंदा बाहर जाने फिरदा, हुण पंजाब दा कोई अजिहा घर नहीं जिथों लोग बाहर नहीं गए हुए, विदेश नहीं गए हुए, और इसी मुद्दे नू लैके यह फिल्म बनाई है। ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਕਿ ਫਿਲਮ ਦੇਖ ਕੇ ਆਏ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਇਹ ਫਿਲਮ ਹੈ ਇਹ ਰਿਐਲਿਟੀ ਦੇ ਕਿੰਨੀ ਕੁ ਨਜ਼ਦੀਕ ਹੈ, ਕਿਸ ਕਲਾਕਾਰ ਦੀ ਐਕਟਿੰਗ ਸਭ ਤੋਂ ਵਧੀਆ, ਗਾਣੇ ਕਿਸ ਤਰ੍ਹਾਂ ਦੇ ਲੱਗੇ, ਇਹ ਸਾਰੀ ਗੱਲਬਾਤ ਜਿਹੜੇ ਫਿਲਮ ਦੇਖ ਕੇ ਆਉਣਗੇ ਦਰਸ਼ਕ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਫੈਮਿਲੀ ਮੂਵੀ ਹੈ ਜੀ, ਬਹੁਤ ਵਧੀਆ ਜੀ। ਬਾਕੀ ਇੱਕ ਆਪਣੇ ਯੂਥ ਵਾਸਤੇ ਬਹੁਤ ਵਧੀਆ ਸੁਨੇਹਾ, ਕਿਉਂਕਿ ਜਿਹੜੇ ਆਪਣੇ ਪੰਜਾਬ ਦੇ ਮੁੰਡੇ ਦੇਖੋ ਦੇਖੀ 'ਚ ਜਾ ਰਹੇ ਉਹਨਾਂ ਵਾਸਤੇ ਬਹੁਤ ਵਧੀਆ ਸੁਨੇਹਾ ਹੈ। ਫਿਲਮ ਜ਼ਰੂਰ ਦੇਖੋ ਤਾਂ ਕਿ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ ਫਿਲਮ 'ਚ। ਇੰਨੇ ਸੌਖੇ ਨਹੀਂ ਲੱਗਦੇ, ਅਮਰੀਕਾ ਪਹੁੰਚਦੇ ਸੌਖੇ ਨਹੀਂ ਪਹੁੰਚਦੇ ਇਹ ਫਿਲਮ। ਬਈ ਇੱਕਣਾ ਦਿਖਾ ਦਿੰਦੇ ਨਾ ਬਈ ਡੋਂਕੀ ਲਾ ਕੇ ਪਹੁੰਚ ਗਏ ਅਮਰੀਕਾ, ਬਹੁਤ ਸੌਖੀ ਨਹੀਂ, ਬਹੁਤ ਔਖੀ ਹੈ ਡੋਂਕੀ। ਪੰਜਾਬ ਦੀ ਰਿਐਲਿਟੀ ਸੱਚੀ ਦਿਖਾਈ ਹੋਈ ਹੈ ਜੀ, ਜਿਵੇਂ ਬੰਦਾ ਇੱਕ ਇੱਕ ਮੁੰਡਾ ਜੀ ਪੈਸੇ ਲਾ ਕੇ ਜਾ ਰਿਹਾ ਜੀ, ਉੱਥੇ ਜਾ ਕੇ ਵਿਚਾਰਾ ਉਹ ਵੀ ਮਰ ਜਾਂਦਾ ਜੀ, ਪਿੱਛੇ ਘਰ ਦੇ ਤੰਗ ਹੈ ਜੀ, ਘਰ ਦੇ ਚੱਕ ਰਹੇ ਹੈ ਜੀ, ਪੰਜਾਬ 'ਚ ਰੁਜ਼ਗਾਰ ਹੈ ਨਹੀਂ ਜੀ। ਉਸ ਇਸੀਲੀਏ ਤੇ ਜੋ ਵੀ ਇਹ ਮੁੱਦਾ ਇੱਕ ਵਧੀਆ ਬਣਾ ਕੇ ਪੇਸ਼ ਕੀਤੀ ਹੋਈ ਹੈ ਜੀ। ਤੁਹਾਨੂੰ ਕੀ ਲੱਗਦਾ ਫਿਲਮ ਦੇਖਣ ਤੋਂ ਬਾਅਦ ਕੁਝ ਫਰਕ ਪਏਗਾ, ਲੋਕ ਇਸ ਤਰ੍ਹਾਂ ਜਾਣਾ ਬੰਦ ਕਰ ਦੇਣਗੇ? ਨਹੀਂ, ਬੰਦ ਤਾਂ ਦੇਖੋ ਜੀ, ਇੱਥੇ ਰੁਜ਼ਗਾਰ ਹੋਏਗਾ ਤਾਂ ਇਹ ਹੋਏਗਾ ਜੀ। ਵੈਸੇ ਜਿਹਨੂੰ ਮਜਬੂਰੀ ਹੈ ਜੀ ਉਹੀ ਜਾਏਗਾ ਜੀ, ਜਿਹਨੂੰ ਮਜਬੂਰੀ ਹੈ ਨਹੀਂ ਉਹਦਾ ਇੱਥੇ ਹੀ ਆਪਣਾ ਅਮਰੀਕਾ ਹੈ ਜੀ। ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਹੈ? ਮੈਸੇਜ ਬਹੁਤ ਵਧੀਆ ਦਿੱਤਾ ਹੈ ਜੀ, ਅੱਜ ਤੱਕ ਐਵੇਂ ਫਿਲਮ ਬਣੀ ਨਹੀਂ ਹੈ ਜੀ ਕੋਈ ਡੋਂਕੀ, ਅਤੇ ਉਹ ਵੀ ਖਾਸ ਕਰਕੇ ਪੰਜਾਬੀ ਮੂਵੀ ਜੀ, ਬਹੁਤ ਵਧੀਆ ਸੁਨੇਹਾ ਹੈ ਜੀ। ਮੈਸੇਜ ਤਾਂ ਦੇਖੋ ਮੂਵੀ 'ਚ ਹੈਗਾ ਹੀ ਹੈ, ਆਪਾਂ ਤਾਂ ਇੱਕੋ ਗੱਲ ਕਹਾਂਗੇ ਕਿ ਦੋ ਰੋਟੀਆਂ ਹੀ ਖਾਣੀਆਂ ਉਹ ਇੱਥੇ ਵੀ ਮਿਲ ਜਾਂਦੀਆਂ, ਰੋਟੀ ਤੋਂ ਕੋਈ ਭੁੱਖਾ ਨਹੀਂ ਮਰਦਾ, ਪਰ ਮਾਂ ਬਾਪ ਤੋਂ ਅਲੱਗ ਹੋਣਾ ਬਹੁਤ ਔਖਾ ਹੈ, ਆਪਣੀ ਜਾਨ ਗਵਾਉਣੀ ਉਹ ਬਹੁਤ ਵੱਡੀ ਗੱਲ ਹੈ ਅਤੇ ਮੁਸ਼ਕਲ ਹੈ ਪਹੁੰਚਣਾ। ਮੈਂ ਤਾਂ ਖੁਦ ਇੱਦਾਂ ਦੇ ਬੰਦਿਆਂ ਨੂੰ ਮਿਲਿਆ ਹੋਇਆ ਨਾ ਜਿਹੜੇ ਡੋਂਕੀ ਲਾ ਕੇ ਗਏ ਆ, ਅਤੇ ਉਹ ਜੋ ਹਾਲਾਤ ਉਹ ਦੱਸਦੇ ਆ ਉਹ ਮੂਵੀ 'ਚ ਹੈਗੇ ਆ। ਹਾਂਜੀ, ਜੋ ਮੈਂ ਉਹਨਾਂ ਦੇ ਮੂੰਹੋਂ ਸੁਣਿਆ ਉਹ ਮੂਵੀ 'ਚ ਹੈਗਾ ਹੈ, ਅਤੇ ਬੜਾ ਔਖਾ ਹੈ, ਨਾ ਕਰੋ ਇੱਦਾਂ, ਸਿੱਧੇ ਜਾ ਸਕਦੇ ਤਾਂ ਠੀਕ ਹੈ, ਨਹੀਂ ਇੱਦਾਂ ਨਾ ਜਾਓ। ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਤੇ ਤੁਹਾਨੂੰ ਲੱਗਦਾ ਲੋਕਾਂ ਤੇ ਇੰਪੈਕਟ ਪਾਏਗੀ ਮੂਵੀ ਇਹ? ਦੇਖਣੀ ਚਾਹੀਦੀ, ਯੂਥ ਨੂੰ ਦੇਖਣੀ ਚਾਹੀਦੀ ਜਿਹੜੇ ਜਾਣ ਦੇ ਚਾਹਵਾਨ ਹੈ। ਮੈਂ ਜਿਹੜੇ ਜਾਣ ਦੇ ਚਾਹਵਾਨ ਆ ਉਹਨਾਂ ਨੂੰ ਇੱਕ ਵਾਰੀ ਆ ਮੂਵੀ ਇੱਕ ਵਾਰੀ ਜ਼ਰੂਰ ਦੇਖ ਲੈਣੀ ਚਾਹੀਦੀ ਹੈ। ਤੇ ਫੈਮਿਲੀ ਨਾਲ ਦੇਖਣ ਵਾਲੀ ਹੈ ਜਾਂ ਕੁਝ? ਨਹੀਂ, ਬਿਲਕੁਲ ਮੈਂ ਫੈਮਿਲੀ ਨਾਲ ਦੇਖਣ ਵਾਲੀ, ਇਦਾਂ ਦਾ ਕੁਝ ਨਹੀਂ। ਹਾਂ, ਵਧੀਆ ਮੂਵੀ ਹੈ। ਜਿਹੜਾ ਵੀ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਇਨਲੀਗਲ ਤੌਰ 'ਤੇ ਜਾਂ ਦੂਸਰੇ ਕੋਈ ਹੱਥਕੰਡੇ ਅਪਣਾ ਕੇ ਬਾਹਰ ਜਾਣਾ ਚਾਹੁੰਦਾ ਹੈ, ਉਹਨੂੰ ਆਇਆ ਮੈਕਸੀਕੋ ਚੱਲੀਏ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ, ਕਿਉਂਕਿ ਇਹ ਮੂਵੀ ਜਿਹੜੀ ਹੈ ਇਸੀ ਗੱਲ ਨੂੰ ਲੈ ਕੇ ਰਿਐਲਿਟੀ ਨੂੰ ਦਿਖਾਉਣ ਦੀ ਇੱਕ ਕੋਸ਼ਿਸ਼ ਹੈ। ਜਿੰਨੇ ਅਸੀਂ ਦਰਸ਼ਕਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹ ਕਿਹਾ ਕਿ ਇਹ ਰਿਐਲਿਟੀ ਦੇ ਬਹੁਤ ਜ਼ਿਆਦਾ ਨਜ਼ਦੀਕ ਹੈ, ਔਰ ਵਿਦੇਸ਼ ਜਾਣ ਵਾਲੇ ਹਰ ਇੱਕ ਵਿਅਕਤੀ ਨੂੰ ਕਮ ਸੇ ਕਮ ਇੱਕ ਮੂਵੀ ਜਿਹੜੀ ਹੈ ਇੱਕ ਵਾਰ ਜ਼ਰੂਰ ਦੇਖ ਲੈਣੀ ਚਾਹੀਦੀ ਆ। ਔਰ ਇੱਕ ਦਰਸ਼ਕ ਨੇ ਤਾਂ ਸਾਨੂੰ ਇਹ ਵੀ ਕਿਹਾ ਵੀ ਬਾਹਰ ਜਾ ਕੇ ਵੀ ਦੋ ਰੋਟੀਆਂ ਖਾਣੀਆਂ, ਦੋ ਰੋਟੀਆਂ ਇੱਥੇ ਮਿਲ ਜਾਂਦੀਆਂ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਪਰ ਬੇਮਤਲਬ ਵੀ ਜਿਹੜੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਨੇ ਔਰ ਗਲਤ ਹੱਥਾਂ 'ਚ ਪੈ ਜਾਂਦੇ ਨੇ ਜਾਂ ਗਵਾ ਲੈਂਦੇ ਨੇ, ਉਸਦਾ ਕੋਈ ਫਾਇਦਾ ਨਹੀਂ। ਔਰ ਇਹ ਜਿਹੜੀ ਮੂਵੀ ਹੈ ਇੱਕ ਮੈਸੇਜ ਦੇਣ ਦੀ ਇੱਕ ਕੋਸ਼ਿਸ਼ ਹੈ, ਜਿਸ ਵਿੱਚ ਇਹ ਮੂਵੀ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ। ਮੈਂ ਦਿਨੇਸ਼ ਕੋਲ, ਕੈਮਰਾਮੈਨ ਉਮਾ ਯਾਦ ਦੇ ਨਾਲ, ਦੈਨਿਕ ਸਵੇਰਾ ਟੀਵੀ ਦੀ, ਚੰਡੀਗੜ੍ਹ ਤੋਂ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-9649, 84374-9648। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ। ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਨਬਨ, ਜਾਂ ਦੁਟੋਣਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98199-37467।